ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਿੰਡ ਜਸਹੀਣ ਆਸਟ੍ਰੇਲੀਆ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਮੇਰੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ। ਅੱਜ ਮੈਂ ਬਣਾਉਣ ਲੱਗੀ ਹਾਂ ਸਬਜ਼ੀਆਂ ਪਾ ਕੇ ਚੌਲ, ਜਿਹਨੂੰ ਵੈਜੀ ਬਿਰਿਆਨੀ ਵੀ ਕਹਿੰਦੇ ਆ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚਲੋ ਜੀ, ਫਿਰ ਆਪਾਂ ਵੈਜੀ ਪਾ ਕੇ ਵਿੱਚ ਸਬਜ਼ੀਆਂ ਪਾ ਕੇ ਚੌਲ ਬਣਾਉਂਦੇ ਹਾਂ। ਵਿੱਚ ਆਪਾਂ ਗਾਜਰਾਂ ਪਾਉਂਗੇ, ਮਟਰ ਪਾਉਂਗੇ। ਚਲੋ ਜੀ, ਆਓ ਜੀ, ਚੱਲੀਏ ਫਿਰ। ਆ ਇੱਕ ਗਲਾਸ ਮੈਂ ਚੌਲਾਂ ਦਾ ਲੈ ਲਿਆ ਆ, ਇਹ ਬਾਸਮਤੀ ਚੌਲ ਆ। ਆਪਾਂ ਅੱਜ ਵਿੱਚ ਸਬਜ਼ੀਆਂ ਪਾ ਕੇ ਇੱਦਾਂ ਚੌਲ ਬਣਾਵਾਂਗੇ ਤੜਕੇ ਵਾਲੇ। ਪਹਿਲਾਂ ਆਪਾਂ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ। ਇਹ ਗਲਾਸ ਆ ਜਿਹੜਾ 250 ਗ੍ਰਾਮ ਦਾ ਆ, ਜਿੱਦਾਂ ਇੱਕ ਕੱਪ ਕਹਿ ਦਈਏ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 2-3 ਪਾਣੀ ਧੋ ਲਵਾਂਗੇ। ਇੱਕ ਗਲਾਸ ਚੌਲਾਂ ਦੇ ਵਿੱਚ ਮੈਂ 3 ਗਲਾਸ ਪਾਣੀ ਦੇ ਪਾਏ ਆ। ਤੁਸੀਂ ਜ਼ਿਆਦਾ ਵੀ ਪਾ ਸਕਦੇ, ਕਿਉਂਕਿ ਇਹ ਪਾਣੀ ਆਪਾਂ ਰੱਖਣਾ ਨਹੀਂ, ਇਹ ਕੱਢ ਦੇਣਾ ਆ ਵਿੱਚੋਂ। ਜਦੋਂ ਹੈ ਨਾ ਸੌਫਟ ਹੋ ਜਾਊਗੇ, ਉਦੋਂ ਆਪਾਂ ਇਹਨਾਂ ਨੂੰ ਇਸ ਪਾਣੀ ਨੂੰ ਕੱਢ ਦੇਣਾ ਆ। ਜਿਹੜਾ ਸਟਾਰਚ ਹੁੰਦਾ ਇਹ ਹਲਕੇ ਫੇ ਹੋ ਜਾਂਦੇ ਆ, ਛੇਤੀ ਪਚਦੇ ਆ ਚੌਲ। ਗੈਸ ਮੈਂ ਔਨ ਕਰ ਦਿੱਤਾ ਆ। ਇਹਦੇ ਵਿੱਚ ਮੈਂ 1 ਟੀਸਪੂਨ ਤੇਲ ਦਾ ਪਾਉਂਗੀ, ਫਿਰ ਇਕੱਲੇ ਇਕੱਲੇ ਰਹਿੰਦੇ ਆ। 1/2 ਟੀਸਪੂਨ ਮੈਂ ਵਿੱਚ ਲੂਣ ਦਾ ਪਾ ਦੂੰਗੀ, ਕਿਉਂਕਿ ਆਪਾਂ ਇਹਨੂੰ ਦਾਲ ਨਾਲ ਖਾਣਾ ਆ, ਉਹਦੇ ਵਿੱਚ ਵੀ ਲੂਣ ਹੁੰਦਾ ਆ। ਇਹ 'ਚ ਲੂਣ ਬਹੁਤਾ ਪਾਉਣ ਦੀ ਲੋੜ ਨਹੀਂ ਹੁੰਦੀ, ਮੈਂ ਉੱਦਾਂ ਹੀ 1/2 ਟੀਸਪੂਨ ਪਾ ਦਿੱਤਾ ਆ। ਫਿਰ ਫਿੱਕੇ ਫਿੱਕੇ ਜਿਹੇ ਨਹੀਂ ਲੱਗਦੇ, ਜਦ ਨੂੰ ਚੌਲ ਉਬਲਦੇ ਆ ਮੈਂ ਸਬਜ਼ੀਆਂ ਕੱਟ ਲਊਂਗੀ। ਤੁਸੀਂ ਗਾਜਰਾਂ, ਪਿਆਜ਼, ਜਿੱਦਾਂ ਪੀਜ਼, ਮਟਰ ਕੁਛ ਵੀ ਇੱਦਾਂ ਪਾ ਸਕਦੇ ਆ ਵਿੱਚ, ਜਿਹੜੀਆਂ ਸਬਜ਼ੀਆਂ ਤੁਹਾਡਾ ਪਾਉਣ ਨੂੰ ਦਿਲ ਕਰਦਾ, ਬੀਨਸ ਕੁਛ ਵੀ ਪਾ ਲਓ। ਮੈਂ ਅਜੇ ਹਾਈ 'ਤੇ ਹੀਟ ਰੱਖੀ ਹੋਵਾ, ਜਦੋਂ ਇਹ ਉਬਲਣਾ ਸ਼ੁਰੂ ਕਰ ਦੋਗੇ ਨਾ, ਅਤੇ ਉਦੋਂ ਮੈਂ ਇਹਨੂੰ ਸਲੋ 'ਤੇ ਕਰ ਦੂੰਗੀ, ਮੀਡੀਅਮ ਹੀਟ 'ਤੇ ਰੱਖ ਲਊਂਗੀ। ਹੁਣ ਉਬਾਲਾ ਆਉਣਾ ਸ਼ੁਰੂ ਹੋ ਗਿਆ, ਹੁਣ ਮੈਂ ਮੀਡੀਅਮ 'ਤੇ ਹੀਟ ਕਰ ਦਿੱਤੀ ਹੈ। ਇਹਨੂੰ ਗੈਸ 'ਤੇ ਰੱਖੇ ਨੂੰ ਚੌਲਾਂ ਨੂੰ ਪਾਣੀ ਵਿੱਚ ਪਾ ਕੇ 10 ਮਿੰਟ ਹੋ ਗਏ ਆ, ਮੈਂ ਚੈੱਕ ਕਰਦੀ ਹਾਂ। ਹੁਣ ਇੱਦਾਂ 1/2 ਵਾਰੀ ਵਿੱਚ ਇੱਦਾਂ ਹਿਲਾ ਦੇਣਾ, ਤਾਂ ਕਿ ਜੁੜ ਜਿਹੇ ਨਾ ਜਾਣ ਵਿੱਚ, ਹੈ ਨਾ। ਉੱਦਾਂ ਤਾਂ ਆਪਾਂ ਮਾੜਾ ਜਿਹਾ ਤੇਲ ਪਾਤਾ ਸੀ, ਜੁੜਦੇ ਨਹੀਂ। ਅਜੇ ਨਹੀਂ ਸੌਫਟ ਹੋਏ, ਕਣੀਆਂ ਵਿੱਚ ਅਜੇ ਦਾਣਾ ਜਿਹਾ, ਇਹਦਾ ਮਤਲਬ ਅਜੇ ਹੋਏ ਨਹੀਂ। ਜਦੋਂ ਐਨ ਜਦੋਂ ਆਪਾਂ ਇੱਦਾਂ ਹੱਥ ਨਾ ਕਰਾਂਗੇ, ਪੁੱਲੇ ਹੋਣ ਨਾ, ਇੱਦਾਂ ਫਿਸ ਜਾਣ, ਮਸ਼ ਹੋ ਜਾਣ, ਇਹਦਾ ਮਤਲਬ ਉਦੋਂ ਰੈਡੀ ਆ ਚੌਲ। ਬਹੁਤ ਜ਼ਿਆਦਾ ਵੀ ਨਹੀਂ ਆਪਾਂ ਇਹਨਾਂ ਨੂੰ ਕਰਨਾ। ਆ ਦੇਖੋ ਹੁਣ ਉੱਪਰ ਨੂੰ ਆਉਣ ਲੱਗ ਪਏ, ਹੈ ਨਾ ਦੀਦੀ, ਹੈ ਨਾ ਉੱਪਰ ਤਰਨ ਲੱਗ ਪਏ, ਇਹਦਾ ਮਤਲਬ ਹੁਣ ਬਣ ਚੱਲੇ। ਆਪਾਂ ਇੱਕ ਵਾਰੀ ਫਿਰ ਦੇਖ ਲੈਂਦੇ ਹਾਂ। ਆ ਦੇਖੋ ਜੀ, ਸੌਫਟ ਹੋ ਗਏ ਆ, ਮੈਂ ਇਹਨਾਂ ਨੂੰ ਖਾ ਕੇ ਵੀ ਦੇਖ ਲਿਆ ਆ, ਅਤੇ ਬਹੁਤ ਜ਼ਿਆਦਾ ਸੌਫਟ ਵੀ ਨਹੀਂ ਕਰਨੇ ਹੈਗੇ, ਵੀ ਜੁੜ ਜਾਣ ਇੱਕ ਦੂਜੇ ਦੇ ਨਾਲ, ਹੈ ਨਾ। ਆ ਦੇਖੋ ਜਦੋਂ ਉੱਪਰ ਤਰਨ ਲੱਗ ਪੈਂਦੇ, ਇਹਦਾ ਮਤਲਬ ਤਿਆਰ ਹੋ ਜਾਂਦੇ ਆ, ਇਹ ਕੁੱਕ ਹੋਏ ਹੋ ਆ। ਅਤੇ ਹੁਣ ਆਪਾਂ ਗੈਸ ਨੂੰ ਕਰ ਦੇਣਾ ਬੰਦ। ਹੁਣ ਆਪਾਂ ਇਹਨਾਂ ਨੂੰ ਪੁਣ ਲੈਣਾ ਆ। ਮੈਂ ਉੱਤੇ ਇੱਕ ਝਾਦੀ ਰੱਖ ਲਈ ਆ, ਅਤੇ ਥੱਲੇ ਪਤੀਲਾ ਰੱਖ ਲਿਆ ਆ, ਅਤੇ ਪਾਣੀ ਆਪਾਂ ਪੁਣ ਦੇਣਾ ਆ ਵਿੱਚੋਂ, ਛਾਣ ਦੇਣਾ ਆ, ਕਿਉਂਕਿ ਪਾਣੀ ਦੇ ਵਿੱਚ ਨਹੀਂ ਆਪਾਂ ਇਹਨਾਂ ਨੂੰ ਰੱਖਣਾ। ਆ ਦੇਖੋ ਆਪਾਂ ਇਹਨਾਂ ਦਾ ਪਾਣੀ ਪੁਣ ਦਿੱਤਾ ਵਿੱਚੋਂ, ਇੱਦਾਂ ਇਕੱਲੇ ਇਕੱਲੇ ਹੋ ਗਏ ਆ। ਹੁਣ ਆਪਾਂ ਇਹਨਾਂ ਦਾ ਤੜਕਾ ਰੈਡੀ ਕਰਦੇ ਹਾਂ, ਕਿਉਂਕਿ ਪਾਣੀ ਦੇ ਵਿੱਚੋਂ ਉਸ ਵੇਲੇ ਕੱਢ ਲੈਣਾ ਇਹਨਾਂ ਨੂੰ ਜਦੋਂ ਕੁੱਕ ਹੋ ਜਾਂਦੇ, ਨਹੀਂ ਤਾਂ ਇਹ ਕੁੱਕ ਹੁੰਦੇ ਰਹਿੰਦੇ ਆ, ਫਿਰ ਸੌਫਟ ਜ਼ਿਆਦਾ ਹੋ ਜਾਊਗੇ। ਹੁਣ ਇਹਨਾਂ ਨੂੰ ਆਪਾਂ ਇੱਕ ਪਾਸੇ ਰੱਖ ਦੇਵਾਂਗੇ, ਅਤੇ ਜਿਹੜਾ ਇਹ ਪਾਣੀ ਆ ਇਹ ਮੈਂ ਬੂਟਿਆਂ ਨੂੰ ਪਾਲੂੰਗੀ। ਬੂਟੇ ਇਹਨਾਂ ਨਾਲ ਬਹੁਤ ਸੋਹਣੇ ਹੁੰਦੇ ਆ, ਉਹਨਾਂ ਨੂੰ ਬਹੁਤ ਵਧੀਆ ਖੁਰਾਕ ਆ ਇਹ, ਠੰਡਾ ਹੋਇਆ ਪਾਉਣਾ। ਮੈਂ ਇੱਕ ਫਰਾਈ ਪੈਨ ਲੈ ਲਿਆ, ਗੈਸ ਕਰ ਲਿਆ ਔਨ। ਮੈਂ 1 ਟੇਬਲ ਸਪੂਨ ਵਿੱਚ ਓਲਿਵ ਓਇਲ ਦਾ ਪਾ ਲਿਆ, ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹਾਂ। ਜਦੋਂ ਤੇਲ ਮੀਡੀਅਮ ਜੇ ਗਰਮ ਹੋ ਜਾਵੇ, 1 ਟੀਸਪੂਨ ਵਿੱਚ ਜੀਰੇ ਦਾ ਪਾ ਦਊਂਗੀ, ਸਾਬਤੇ ਜੀਰੇ ਦਾ, ਇਹ ਚੌਲਾਂ 'ਚ ਸੋਹਣਾ ਲੱਗਦਾ। ਬਹੁਤਾ ਜ਼ਿਆਦਾ ਨਹੀਂ ਇਹਨੂੰ ਭੁੰਨਣਾ ਹੈਗਾ, ਜਦੋਂ ਤੜਕ ਤੜਕ ਜਿਹਾ ਕਰਨ ਲੱਗ ਜਾਵੇ। ਉਹ ਤੋਂ ਬਾਅਦ ਇੱਕ ਪਿਆਜ਼ ਲੈ ਲਿਆ ਸੀ, ਲੰਮਾ ਲੰਮਾ ਉਹਨੂੰ ਕੱਟ ਲਿਆ। ਹੀਟ ਮੀਡੀਅਮ 'ਤੇ ਰੱਖੀ ਹੋਵਾ ਮੈਂ, ਆਪਾਂ ਦੇਖ ਕੇ ਸਲੋਹ 'ਤੇ ਵੀ ਕਰ ਸਕਦੇ ਹਾਂ। ਅਤੇ ਪਿਆਜ਼ ਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਭੁੰਨਣਾ, ਕਿਉਂਕਿ ਚੌਲਾਂ ਦੇ ਵਿੱਚ ਸੋਹਣਾ ਸਵਾਦ ਵੀ ਆਵੇ ਇਹਦਾ। ਮੈਂ ਇਹਨੂੰ ਪਿਆਜ਼ ਨੂੰ ਮਿੰਟ ਕੁ ਲਈ ਭੁੰਨ ਲਿਆ ਆ, ਬਸ ਇੱਦਾਂ ਦਾ ਹੀ ਕਰਨਾ।
मैं जिहड़ियां सब्जियां आ फ्रोजन वरतूंगी, मैं आह वरतदी हुंदी आ। इहदे विच हुंदे आ मटर ते छल्लियां दे दाणे, तां गाजरां, देखो पीस खून एंड कैरट्स। सो तुसी ताजियां भी वरत सकते हैं, मैं ज़्यादा ये वरत लैनी हुंदी आ कट्टियां कटाइयां ही। मैं इन्हां नूं धो लैंदी हुंदी आ। मैं डेढ़ कप लिया, जिहड़े कप नाल ना चौल मिले सी, मैं डेढ़ कप पाऊंगी, करके असी सब्जियां लाइक करते हैं बिच जिदा खानियां ज़्यादा। थोड़ी मर्जी है, जे तुसी बिना धोतियां भी पाउणियां चाहते फ्रोजन जे वरतदे आ, पर असी धो ले दियां। आपां इन्हां नूं भी दो मिनट लई भुन्नांगे, बिच पा के इन्हां नूं फ्राई करांगे। नाले थोड़ियां जिहियां फ्राई हो जाऊगियां, भुज जाऊगियां, नाले इन्हां दा पानी सुक जाऊगा। हीट मैं थोड़ी जी हाई ते कर ली है, मीडियम हाई ते। तुसी जिहड़ी भी चीज़ लाइक करते हैं वह पा सकते हैं बिच। साढ़े घर ये चीज़ा खाते हैं ज़्यादा, तो मैं ये पा ली हाँ। मैं इनू दो मिनट होर भुनिया आ, फ्राई किया आ। देखो पानी बिच सुक गया, तेल थले दिसन लग पिया। मैं हुण गैस बंद कर दूंगी। मैं अद्धे चौल आ जिहड़े वह पतीले च इदा पा लए आ, इन्हां दे उत्ते मैं इदा सब्जी पा दूंगी। तो जिहड़े बचदे चौल आ अद्धे, वह भी मैं इदा उत्ते पा दूंगी। गब्बे मैं सब्जियां पातियां। हुण मैं इन्हां नूं इदा मिनट क लई ढक दूंगी, जिदा इन्हू कहते दम देना। जां तुसी इदा भी कर सकते हैं, एक जिदा पूना कोई देता तौलिए टी टॉवल, फिर इदा उत्ते ढक्कन दे दा। इहदे नाल है ना जिहड़ा आपां तड़का लाया सब्जियां आ वह मिडल च मैं पातियां आ, उहदे नाल उहनां दा फ्लेवर बिच आ जाऊगा चंगी तरह इदा स्टीम दे नाल। फिर आपां मिक्स कर देवांगे, मैं मिनट दो मिनट लई इदा रखूंगी। हुण डेढ़ दो मिनट हो गए आ, हुण आपां इन्हां नूं पोला पोला जिहा इदा मिक्स कर देवांगे हौली हौली। जे तुसी है ना गैसटां नूं सर्व करना, फिर इन्हां नूं किसी खुले भांडे दे विच ट्रे दे विच इदा कढ लो, तां कि ये कल्ले कल्ले रहन। आ देखो, क्योंकि जिहड़ा आपां पानी कढ दे दा आ ना स्टार्च विच्चों, इस करके इदा ही कल्ले कल्ले ही रहिंदे आ खिले जिहे, है ना। आ देखो बहुत सोहणे बणे आ। हुण मैं थोनों प्लेट कढ के दिखाउंदी आ। देखो चौल बन के हुण तैयार हो गए आ। आपां सब्जियां वाले चौल बनाए आ, तुसीं इन्हां नूं उदां भी चाह दे नाल खा सकते हैं, बहुत सवाद लगते हैं। तुसीं भी अपने घर च बना के मैनूं जरूर दस्सिओ किदां दे बने आ। जे तुसीं अजे तक मेरे चैनल नूं सबसक्राइब नहीं किया, सबसक्राइब जरूर करो। जे तुहानूं मेरियां वीडियो सोहणियां लगदियां, लाइक ते शेयर जरूर करिया करो। तुसीं जरूर ट्राई करिया करो घरां दे विच बना के चीज़ इदां देखण दी, घर दी बणी चीज़ बहुत सवाद हुंदी आ। ओके जी, चंगा जी, सत श्री अकाल जी। मेरियां वीडियो देखण लई थोड़ा बहुत बहुत धन्यवाद। लाइक ते शेयर जरूर कर दिया करो। जे अजे तक चैनल सबसक्राइब नहीं किया, सबसक्राइब जरूर कर दिया करो। ओके जी, थैंक यू जी।